ਜ਼ਿਲ੍ਹਾ ਸੰਗਰੂਰ 'ਚ ਇੱਕ ਅਜਿਹੀ ਘਟਨਾ ਸਾਹਮਣੇ ਆਈ ਹੈ ਜੋ ਸ਼ਰਮਸਾਰ ਤਾਂ ਕਰਦੀ ਹੀ ਹੈ, ਨਾਲ ਹੀ ਪੰਜਾਬ 'ਚ ਕਿੰਨਾ ਜ਼ੁਰਮ ਵੱਧ ਗਿਆ ਇਸ ਨੂੰ ਵੀ ਬਿਆਨ ਕਰਦੀ ਹੈ। ਦਰਅਸਲ ਸੰਗਰੂਰ 'ਚ ਸ਼ਰਾਬ ਦੀ ਅੱਧੀ ਬੋਤਲ ਨੂੰ ਲੈ ਕੇ ਨੌਜਵਾਨਾਂ ਵੱਲੋਂ ਸ਼ਰਾਬ ਦੇ ਠੇਕੇ 'ਤੇ ਬੈਠੇ ਕਰਿੰਦੇ 'ਤੇ ਠੇਕਾ ਮਾਲਕ ਦੀ ਕੁੱਟਮਾਰ ਕੀਤੀ ਗਈ। ਇਹੀ ਨਹੀਂ, ਉਹਨਾਂ ਤੋਂ 3 ਲੱਖ ਦਾ ਕੈਸ਼ ਲੈ ਕੇ ਵੀ ਉਹ ਫਰਾਰ ਹੋ ਗਏ। ਇਸ ਦੌਰਾਨ ਉਹਨਾਂ ਨੇ 2 ਗੱਡੀਆਂ ਵੀ ਫੂਕ ਦਿੱਤੀਆਂ। ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਇਹ ਨੌਜਵਾਨ ਠੇਕੇ 'ਤੇ ਅਧੀਆ ਲੈਣ ਲਈ ਆਏ ਸਨ। ਇਸ ਦੌਰਾਨ ਸੀਲ ਥੋੜ੍ਹੀ ਜਿਹੀ ਖਰਾਬ ਹੋਣ ਨੂੰ ਲੈ ਕੇ ਉਹਨਾਂ ਨੇ ਇਸ ਨੂੰ ਬਦਲਣ ਲਈ ਕਿਹਾ ਅਤੇ ਇਸ ਦੌਰਾਨ ਤਕਰਾਰ ਇੰਨੀ ਵੱਧ ਗਈ ਕਿ ਉਹਨਾਂ ਨੇ ਕਰਿੰਦੇ 'ਤੇ ਠੇਕੇਦਾਰ ਦੀ ਕੁੱਟਮਾਰ ਕਰ ਦਿੱਤੀ। ਉਹਦੇ ਪੁਲਿਸ ਨੇ 3 ਲੋਕਾਂ 'ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮੈਂ ਉਰੇ ਦੁਕਾਨ 'ਤੇ ਕੰਮ ਕਰਦਾ, ਆਪਣੀਆਂ ਦੁਕਾਨਾਂ ਨੇ, ਅਸੀਂ ਆਪਣੇ ਠੇਕੇ ਨੇ ਵੀਰੇ ਸ਼ਰਾਬ ਦੇ, ਉਰੇ ਬੰਦੇ ਆਏ ਕੋਈ ਵਧੀਆ ਲਿੱਤਾ ਉਹਨਾਂ ਨੇ, ਵਧੀਆ ਲੈਣ ਤੋਂ ਬਾਅਦ ਕੀ ਹੋਇਆ, ਮੁਲਾਜ਼ਮ ਨਾਲ ਤੂੰ ਮੈਂ ਕਰਨ ਲੱਗ ਗਏ, ਕੋਈ ਗੱਲਬਾਤ ਹੋ ਗਈ ਨਹੀਂ ਸੀਲ ਸੂਲ ਨੂੰ ਲੈ ਕੇ। ਉਹਨੇ ਸਾਨੂੰ ਫੋਨ ਕਰਿਆ, ਅਸੀਂ ਆਏ, ਅਸੀਂ ਕੈਸ਼ ਲੈ ਕੇ ਆ ਰਹੇ ਸੀ ਦੁਕਾਨਾਂ ਦਾ, ਜਦੋਂ ਆਏ ਤਾਂ ਆ ਕੇ ਉਹ ਮੈਨੂੰ ਕਹਿੰਦਾ ਵੀ ਇਹ ਵਧੀਆ ਐਵੇਂ, ਮੈਂ ਕਿਹਾ ਵੀਰ ਬੋਤਲ ਲੈ ਜਾ, ਕੋਈ ਗੱਲ ਨਹੀਂ ਆਪਾਂ ਇਕੱਠੇ ਰਹਿਣਾ, ਸਾਰਾ ਦਿਨ ਮੋਹ ਪਿਆਰ ਹੈ। ਉਹਨੇ ਫੋਨ ਕਰਕੇ ਜੀ ਹੋਰ ਬੰਦੇ ਬੁਲਾ ਲਏ, ਬੰਦੇ ਬੁਲਾਉਣ ਤੋਂ ਬਾਅਦ ਉਹਨੇ ਆ ਕੇ ਮੇਰੇ ਨਾਲ ਹੱਥੋਂ ਬਰੀ ਕਰੀ ਜੀ, ਨਾਲੇ ਮੇਰੇ ਥੱਪੜ ਮਾਰਿਆ, ਕੱਪੜੇ ਪਾੜ 'ਤੇ, ਨਾਲੇ ਛੁਰਾ ਦਿਖਾਇਆ ਜੀ। ਇਸ ਤੋਂ ਬਾਅਦ ਉਹਨੇ ਹੋਰ ਬੰਦੇ ਬੁਲਾ ਲਏ ਜੀ, ਬੁਲਾ ਕੇ ਸਾਡੀਆਂ ਗੱਡੀਆਂ ਖੜੀਆਂ ਸੀ ਕੈਸ਼ ਵਾਲੀਆਂ ਪਿੱਛੇ, ਦੋਨਾਂ ਨੂੰ ਅੱਗ ਲਾ ਕੇ ਸਾਡਾ ਜਾਨੀ ਬਹੁਤ ਜ਼ਿਆਦਾ ਨੁਕਸਾਨ ਕਰਿਆ ਜੀ ਉਹ ਬੰਦੇ ਨੇ। ਸਾਡੀ ਮੰਗ ਹੈ ਵੀ ਉਹਨਾਂ ਖਿਲਾਫ਼ ਕਾਨੂੰਨੀ ਕਾਰਵਾਈ ਜੱਜ ਕੇ ਕੀਤੀ ਜਾਵੇ ਜੀ। ਸੰਜੂ ਕੁਮਾਰ ਬੜੋਕਾ, ਯਹੀਂ ਪਰ ਕੰਮ ਕਰਤੇ। ਹਾਂ, ਰਾਤ ਕੋ ਪਹਿਲੇ ਆਲਸੀ ਨਕਦੀਆ ਲੈ ਗਏ ਥੇ ਜੀ, ਉਸਕੇ ਬਾਅਦ ਥੋੜ੍ਹੀ ਦੇਰ ਬਾਅਦ ਉਹ ਮੋੜਨੇ ਕੇ ਲਈ ਆ ਗਏ। ਮੈਂ ਉਹਨਾਂ ਸੀਲੀ ਲਪਟਤੀ ਸੀ, ਮੈਂ ਕਿ ਅਬ ਤੋਂ ਵਾਪਸ ਹੋਊਗਾ ਨਹੀਂ ਜੀ। ਕਿਤਨੇ ਉਹ ਗਾਲੇ ਵਾਲੇ ਦੇਣੇ ਲੱਗੇ, ਫਿਰ ਤਲ ਤੱਕ ਹਮਾਰੇ ਬਾਬੂ ਲੋਕ ਆ ਗਏ ਪਰਚਾ ਕੈਸ ਲੈਣੇ ਕੇ ਲੀਏ। ਉਹ ਬਾਬੂਆਂ ਕੋ ਇੱਕਦਮ ਮਗਰ ਪੈ ਗਏ, ਉਹਨਾਂ ਤੀ ਛੜੀ ਫਾੜਤੀ, ਉਸਕੇ ਬਾਅਦ ਉਹ ਚਾਕੂ ਆਕੂ ਜਾਂ ਘਾਲੇ ਕੇ ਆਏ, ਉਸਕੇ ਨਾਲ ਲਿੱਤੇ ਉਹਨਾਂ ਡਰਾਇਆ। ਫਿਰ ਉਸਕੇ ਬਾਅਦ ਥੋੜ੍ਹੀ ਦੇਰ ਬਾਅਦ ਉਹ ਗੱਡੀ 'ਤੇ ਫੁੜ ਗਏ, ਉਸਕੇ ਬਾਅਦ ਉਹਨਾਂ ਅੱਗ ਮਚਾ ਦਿੱਤੀ। 4-5 ਬੰਦੇ ਸੀ ਜੀ, 3 ਤੋਂ ਪਹਿਲੇ, ਉਸਕੇ ਬਾਅਦ ਫਿਰ ਹੋਰ ਬੁਲਾ ਲਈ ਉਹਨਾਂ ਨੇ, ਫਿਰ ਹੋਰ ਬੰਦੇ ਆ ਗਏ ਸੀ। ਮੇਰਾ ਨਾਮ ਵੀਰੇ ਚਮਕੌਰ ਸਿੰਘ। ਰਾਤ ਕੀ ਬਾਤ? ਰਾਤ ਆਪਾਂ ਇੱਥੇ ਨਾ ਠੇਕੇ ਦੇ ਉੱਤੇ ਮਤਲਬ 2-3 ਬੰਦੇ ਆਏ, ਉਹਨਾਂ ਨੇ ਅਧੀ ਲੈਣ ਪਿੱਛੇ ਅਧੀਆ ਲੈ ਲਿਆ। ਅਧੀਆ ਲੈਣ ਤੋਂ ਬਾਅਦ ਉਹਨਾਂ ਨੇ ਉਹ ਉਹਨਾਂ ਤੋਂ ਸੀਲ ਖੁੱਲ੍ਹੀ ਨਹੀਂ ਹੈਗੀ, ਉਹ ਦੰਦ ਨਾਲ ਤੋੜ ਕੇ ਮਤਲਬ ਸੇਲਮੈਨ ਕੋਲ ਦੁਬਾਰਾ ਆ ਗਏ ਵੀ ਇਹ ਤੂੰ ਮੈਨੂੰ ਗਲਤ ਅਧੀਆ ਦਿੱਤਾ, ਇਹਦੇ ਨਾਲ ਤੂੰ ਮੈਂ ਕਰਨ ਲੱਗ ਗਏ। ਸਾਨੂੰ ਫੋਨ ਕੀਤਾ ਇਹ ਮੁੰਡੇ ਨੇ ਆਪਣੇ ਕਰਿੰਦੇ ਨੇ, ਕਹਿੰਦਾ ਐਂ ਕਰਕੇ ਬਾਊ ਜੀ ਆਓ ਇੱਥੇ ਆਹ ਗੱਲ ਹੋ ਗਈ, ਇੱਥੇ ਬਹਿਸ ਕਰ ਰਹੇ ਨੇ, ਤੁਹਾਡੇ ਨਾਲ ਲੜ ਰਹੇ ਨੇ। ਅਸੀਂ ਆਏ, ਅਸੀਂ ਮੈਨੂੰ ਗੱਡੀਆਂ ਦਾ ਗੱਡੀ 'ਤੇ ਆਏ ਸੀ ਕੈਸ਼ ਲੈ ਕੇ ਆਏ ਸੀ ਸਰਕਲ ਦੇ ਵਿੱਚੋਂ। ਉਹ ਆ ਕੇ ਅਸੀਂ ਇੱਥੇ ਉਹਨਾਂ ਨੂੰ ਕਿਹਾ ਵੀ ਯਾਰ ਕੋਈ ਗੱਲ ਨਹੀਂ, ਵੀ ਜਿਹੜੀ ਕੋਈ ਗੱਲ ਹੋ ਗਈ ਵੀ ਇਹ ਜੇ ਸਾਡੇ ਬੰਦੇ ਦੀ ਗਲਤੀ ਹੈ ਤਾਂ ਅਸੀਂ ਉਹ ਕਰਾਂਗੇ, ਜੇ ਤੁਹਾਡੀ ਗਲਤੀ ਹੈ ਤਾਂ ਤੁਸੀਂ ਉਹ ਕਰ ਮਤਲਬ ਉਹ ਆ। ਉਹਨਾਂ ਨੂੰ ਫਿਰ ਵੀ ਅਸੀਂ ਵਧੀਆ ਦਿੱਤਾ ਵੀ ਵਧੀਆ ਲੈ ਜਾਓ, ਕੋਈ ਗੱਲ ਨਹੀਂ। ਉਹਨਾਂ 'ਚੋਂ ਇੱਕ ਬੰਦੇ ਨੇ ਫੋਨ ਕੀਤਾ, ਉਹ ਇੱਕ ਤਾਂ ਮਨਜੋਤ ਸੀਗਾ, ਮਨਜੋਤ ਸੀਗਾ, ਇੱਕ ਤਾਂ ਕਾਂਜਲੇ ਦਾ ਮੁੰਡਾ ਜੀ, ਉਹ ਇੱਥੇ ਸੰਗਰੂਰ ਰਹਿੰਦਾ ਗਾ, ਇੱਕ ਹੋਰ ਹੈ ਇੱਥੇ ਬਡਰੁੱਖਾਂ ਦਾ ਜੀ। ਇਹਨਾਂ ਨੇ ਮਤਲਬ ਫੋਨ ਕੀਤਾ ਕਿਸੇ ਬੰਦਿਆਂ ਨੂੰ, ਅਣਪਛਾਤੇ ਜੇ ਬੰਦੇ ਆਏ 4-5, ਉਹਨਾਂ ਨੇ ਆ ਕੇ ਸਾਡੇ ਉਹ ਜਿਹੜਾ ਦੂਸਰਾ ਮੁੰਡਾ ਗਾ ਇਹਦੇ ਨਾਲ ਹੱਥੋਂ ਪਾਈ ਕੀਤੀ, ਗਲ ਉਹਦੇ ਗਲਾਵੇਂ 'ਚ ਫੜਿਆ, ਸੁਰਾ ਉਹਦੇ ਹੱਥ 'ਚ ਫੜਿਆ ਸੀ, ਥੱਪੜ ਥੁੱਪੜ ਮਾਰਿਆ ਜੀ। ਇਹਨਾਂ ਨੂੰ ਅਸੀਂ ਬਾਹਰ ਨਿਕਲੇ, ਹੋਰ ਮੁੰਡੇ ਆਏ ਤਾਂ ਸਾਡੀਆਂ ਗੱਡੀਆਂ ਪਿੱਛੇ ਕੈਸ਼ ਵਾਲੀਆਂ ਖੜੀਆਂ ਸੀਗੀਆਂ, ਉਹਦੇ 'ਚ ਮਤਲਬ ਉਹਨਾਂ ਨੇ ਪਹਿਲਾਂ ਮਾਰ ਕੇ ਸੁਰੇ ਸਾਰੇ ਮਾਰ ਕੇ ਉਹ ਗੱਡੀਆਂ ਭੰਨੀਆਂ ਜੀ। ਉਹ ਤੋਂ ਬਾਅਦ 'ਚ ਉਹਨੇ ਪੈਟਰੋਲ ਪਾ ਕੇ ਉਹਨੂੰ ਅੱਗ ਲਾਤੀ ਜੀ। ਕਿੰਨਾ ਕੈਸ਼ ਸੀ ਗੱਡੀ 'ਚ? ਗੱਡੀ 'ਚ ਤਕਰੀਬਨ 3.5 ਲੱਖ ਰੁਪਏ ਕੈਸ਼ ਸੀ। ਰਾਤ ਇੱਥੇ ਸਾਡੇ ਕੋਬਾ ਬਡਰੁੱਖਾ ਰੋਡ 'ਤੇ ਸ਼ਰਾਬ ਦਾ ਠੇਕਾ ਗਾ, ਉੱਥੇ 2-3 ਮੁੰਡੇ ਸੀਗੇ, ਉਹਨਾਂ ਦੀ ਸ਼ਰਾਬ ਦੇ ਅਧੀਏ ਦੇ ਲੈਣ ਦੇਣ ਪਿੱਛੇ ਝਗੜਾ ਹੋ ਗਿਆ। ਝਗੜੇ ਤੋਂ ਬਾਅਦ ਉਹਨਾਂ ਨੇ ਕਰਿੰਦੇ ਦੀ ਕੁੱਟਮਾਰ ਕੀਤੀ ਅਤੇ ਠੇਕੇਦਾਰਾਂ ਦੀਆਂ 2 ਗੱਡੀਆਂ ਖੜ੍ਹੀਆਂ ਸੀਗੀਆਂ ਪਿਛਲੇ ਪਾਸੇ, ਉਹ ਉਹਨਾਂ ਨੇ ਭੰਨਤੀਆਂ। ਭੰਨਣ ਤੋਂ ਬਾਅਦ ਉਹਨਾਂ ਦਾ ਕੈਸ਼ ਵੀ ਖੋਹ ਕੇ ਕੱਢ ਕੇ ਲੈ ਗਏ ਗੱਡੀ 'ਚੋਂ। ਕੈਸ਼ ਕੱਢਣ ਤੋਂ ਬਾਅਦ ਗੱਡੀ ਨੂੰ ਅੱਗ ਲਾਤੀ, ਅੱਗ ਲੱਗਣ ਤੋਂ ਬਾਅਦ ਗੱਡੀ ਦੋਨੇ ਮੱਚ ਕੇ ਸਵਾਹ ਬਣ ਗਈਆਂ ਬਿਲਕੁਲ ਹੀ, ਅਤੇ ਮੁਕੱਦਮਾ ਦਰਜ ਹੋ ਗਿਆ ਸੀਗਾ। 3 ਬਾਈ ਨੇ ਦਰਜ ਨੇ ਮੁੰਡੇ ਅਤੇ 7-8 ਨਾਮਰੂ ਨੇ ਗਏ। ਗ੍ਰਿਫਤਾਰੀ ਅਜੇ ਕਿਸੇ ਦੀ ਨਹੀਂ, ਤਲਾਸ਼ ਜਾਰੀ ਆ ਦੋਸ਼ੀਆਂ ਦੀ, ਠੀਕ ਹੈ ਜੀ। ਬਣਦੀ ਜਿਹੜੀ ਕਾਨੂੰਨੀ ਕਾਰਵਾਈ ਆ ਉਹ ਚੱਲ ਰਹੀ ਹੈਗੀ, ਤਫਤੀਸ਼ ਜਾਰੀ ਆ। ਸੰਗਰੂਰ ਤੋਂ ਬਿਊਰੋ ਰਿਪੋਰਟ, ਵਧੇਰੇ ਖਬਰਾਂ ਲਈ ਤੁਸੀਂ ਦੇਖਦੇ ਰਹੋ ਅਜੀਤ ਵੈਬ ਟੀਵੀ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਆਫੀਸ਼ੀਅਲ ਪੇਜ ਡੇਲੀ ਅਜੀਤ, ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। ਯੂਟਿਊਬ ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਆਫੀਸ਼ੀਅਲ ਯੂਟਿਊਬ ਚੈਨਲ ਅਜੀਤ ਵੈਬ ਟੀਵੀ। ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ।
ਸਾਡਾ ਆਫੀਸ਼ੀਅਲ ਚੈਨਲ ਡੇਲੀ ਅਜੀਤ। ਇਹਨਾਂ ਹੀ ਨਹੀਂ, ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ ਟੀਵੀ ਦੇ ਉੱਤੇ ਵੀ ਵੇਖ ਸਕਦੇ ਹੋ ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ ਪੇਪਰ ਐਪ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼ ਅਜੀਤ।